भाई तुसें की पता क्या जम्मू जाने पैदल अयोध्या की पैसे नहीं लगता घर दिन दस हो गए साढ़े इन्ने किले क्या हो गए ना देवी से डबरी नहीं यार थोड़े रंग ओ ठीक हो ये सूत्र खड्डा है ना ते जरा गर्मी इस वेले पवा दियो पता कि नहीं पवा दियो 43 डिग्री साइकिल यात्रा है मुंबई का जय माता दी क्या है जम्मू टू कटरा कहां से आए हो भाई ए भैया है अयोध्या का जाते वैष्णो देवी बस केंद्र भाई मिली अस हवा भी जोरे की ठंडी हवा मजा आ गया प्रवाह देखो जंदा जय श्री राम जय श्री राम जय शंकर दोस्तों जय श्री राम के हाल चाल उम्मीद करते हैं कि सारे ठीक ठाक मौसम लंघ हो भाई टाइम सवेरे के बजिए 8:30 देखो मौसम देखो किस हिसाब से ठीक है ठंडा मौसम है धुंध बगैर बड़ा शैल बेदी तगड़े हाबे अगले बेदी दी गल ए वा कि अस सवेरे सवेरे 8 किलोमीटर तक लागे बगैर चली जा सारे हां ते मां चलो हाल अस नहाते बणी धोते बणी किलोमीटर का किता बाणा उठा स नहाना ब्रेक मारनी है रोटी खानी है मंदिर भी है उथे नसला फोन है चार्जर नहीं असी ओदा क्योंकि इथा अस सुतते है ओ जगह थोड़ी देर इया ही जिन्ने देर जगदे रहे उन्ने तक फोन चार्ज हुंदा रहा मैं वेला सही है भरा ते फोन अपना जेब च पई आ ਕਿਤੇ ਇੱਥੇ ਰੁਕਦੇ ਉਹ ਜਗ੍ਹਾ ਇੱਥੋਂ ਕੋਈ 8 ਕਿਲੋਮੀਟਰ ਪਿੱਛੇ ਉਸ ਆਸਾ ਉਸ ਜਗ੍ਹਾ ਦਾ ਇੱਕ ਨਿਕਲਿਆ ਬਲਾਗ ਬਣਾਉਂਦਾ ਬਾਕੀ ਆਸਾ ਰਸਤੇ ਵਿੱਚ ਚੱਲਿਆ ਆਵਾਜ਼ ਇਹ ਤਾਂ ਵੀ ਆਸਾ ਇੱਕ ਨਿਕਲਿਆ ਬਣਾ ਦਈਏ ਵੀਡੀਓ ਤੁਸੀਂ ਉਹ ਵੀਡੀਓ ਦੇਖੋ ਵੀ ਸਾਡਾ ਸ਼ਾਓ ਆਸਾ ਕਰ ਜਨ ਆ ਗਏ ਠੀਕ ਹੈ ਭਰਾ ਜੈ ਸ਼੍ਰੀ ਰਾਮ ਮਿਲਦੇ ਆ ਕੇ ਬਾਈ ਇੱਕ ਨਿਆ ਸਾਡਾ ਹਾਈਵੇ ਹੈ 4x4 ਨਾਲੇ 44 ਤੇ ਕੰਨੇ ਇੱਥੇ ਬਣਦਾ ਇੱਕ ਕਮਰਾ ਓਪਨ ਦੇ ਵਿੱਚ ਇੱਕ ਮੰਦਿਰ ਹੈ ਕੰਨੇ 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 ਬਣਾ ਦੋਗੇ ਬੱਕੇ ਕੰਨੇ ਗੁਰਦੁਆਰਾ ਤੇ ਕੰਨੇ ਇਹ ਜਗ੍ਹਾ ਬਣਦੀ ਪਰ ਅੱਜ ਤਾਂ ਰਾਤੀ ਦਵਾ ਭਰਾ ਲੇਟੇ ਦੀ ਹਮੇ ਕੰਨੇ ਹੀ ਹੈ ਬੈਗ ਸ਼ੈਗ ਅਸਰ ਰੱਖੇ ਕਿੱਥੇ ਲੱਗ ਗਿਆ ਆਂਟੀ ਉਹਨਾਂ ਸੌਂਦੀ ਹਟ ਕੇ ਰੱਖੇ ਆਪਣੇ ਬੈਗ ਅਸਾਂ ਇਹ ਦੁਕਾਨ ਹੀ ਆਂਟੀ ਹੁੰਦੀ ਤੇ ਆਂਟੀ ਹੋਰ ਵੀ ਭਰਾ ਬੜੇ ਬੜੀ ਸੇਵਾ ਕਰਦੀ ਦੇਖੋ ਇੱਥੇ ਜਿੰਨੇ ਵੀ ਪੰਛੀ ਵਗੈਰਾ ਹਨ ਸਾਰੇ ਦਾਣਾ ਵਗੈਰਾ ਪਾ ਦੇਣ ਤੁਸੀਂ ਇੱਕ ਵਾਰੀ ਬਣਾਉਂਦੇ ਆਂਟੀ ਹੁੰਦੇ ਕੰਨੇ ਵੀ ਹਸ ਕਰਨੇ ਆ ਇਹ ਦੁਕਾਨ ਹੀ ਥੱਲੇ ਰਾਜ ਕਰਿਆਨਾ ਸਟੋਰ ਦੁਕਾਨ ਹੀ ਹੁੰਦੀ ਫਗਵਾੜੇ ਕੋਲ ਆ ਗਈ ਹੈ ਤੋ ਠੀਕ ਹੈ ਆਂਟੀ ਚੱਲਦੇ ਜੈ ਮਾਤਾ ਦੀ जय माता दी तो भाई साइकिल यात्रा है मुंबई का जय माता दी क्या है जम्मू टू कटरा कहां से आए हो मुंबई वाह जी वाह यात्रा बड़ा बड़ा बड़े आए पर त्रै हो गए त्रै है गए छे त्रै जय माता दी त्रै नौ कितने बंदे हो ओ 10 बंदे पर आए बंदे 10 माई जय माता दी त्रै त्रै तो भाई तुसें की पता क्या जम्मू तो जाने पैदल अयोध्या की पैसे नहीं लगता घर दिन दस हो गए साड़ी जी यात्रा है बननी है पूरी 1300 किलोमीटर अगला सफर पूरा हो गया कम से कम कोई 250 किलोमीटर तो लग गया अस करी बैठे 250 प्लस ठीक है जाने की 265 किलोमीटर अस चली जाए महा चलो चलने आना नहाना भी है कुदा अगर बाकी अस दो बंदे जाने अपना भ्रा रजत बनी का अं बलोरे का ਸ਼ਵਾਸ ਆਵਾਦ ਹੈ ਇਸ ਵੇਲੇ ਤਾਂ ਟਾਪੋ ਟਾਪ ਆਵਾਦ ਹੀ ਗੋਲੀ ਜਾਣ ਤੇ ਮੇਰੇ ਭਰਾ ਸਿਸਟਮ ਹੁੰਦਾ ਹੈ ਕਿ ਮੇਰੀ ਸਪੀਡ ਵੇਲੇ ਬਣਦੀ ਨਹੀਂ ਤਾਂ ਵੀ ਸ਼ੈਲ ਸਪੀਡ ਬਣਦੀ ਮੇਰੀ ਤਾਂ ਅਗਰ ਬ੍ਰੇਕ ਮਾਰ ਲਈ ਕੁਦੈ ਤਾਂ ਵੀ ਭਰਾ ਸਪੀਡ ਸੁੱਖ ਦੇ ਨਹੀਂ ਬਣਦੀ ਹੈ ਵੀ ਬੱਲੇ ਬੱਲੇ ਬਣਾਉਣਾ ਪੈਂਦੀ ਹੈ ਕਿਉਂਕਿ ਪੈਰ ਦੀ ਜਿਹੜੀ ਕੰਡੀਸ਼ਨ ਹੈ ਉਹ ਅਸੀਂ ਪਤਾ ਕਿ ਕੰਡੀਸ਼ਨ ਹੈ ਪੈਰ ਦੀ ਭਾਇਆ ਕੋਈ ਤਕਲੀਫਾਂ ਹੋ ਜਾਂਦੀਆਂ ਪਰ ਚਲੋ ਚਲਦੀ ਨਹੀਂ ਮਾੜੀ ਮੋਟੀ ਤਾਂ ਇੱਕ ਵਾਰ ਜਿਹੜੀ ਸਪੀਡ ਬਣ ਗਈ ਨਾ ਵੀ ਅਸ ਗਏ ਗੱਡੀ ਬਾਬੇ ਦੀ ਗੱਡੀ ਗੇੜਾ ਪੋੜਾ ਵੀ ਪਰ ਚਲੋ ਟਾਈਮ ਲੱਗਣਾ ਵਾਲਾ ਕਿਲੋਮੀਟਰ ਹੈ ਫਰਕ ਜਿਹੜਾ ਜਿੱਥੇ ਸਰ ਨਹਾਉਣਾ ਸਰ ਮੰਦਰ ਆਉਂਦਾ ਇੱਕ ਮਹਾਂ ਚਲੋ ਮੰਦਰ ਨਹਾਉਂਦੇ ਹਾਂ ਕੀ ਅਗਲੀ ਕਾਰਵਾਈ ਕਰਨੇ ਆ ਲੰਗਰ ਪਾਣੀ ਦੀ ਕਰਨੇ ਆ ਕਾਰਵਾਈ ਤਾਂ ਚਲੇ ਅਸ ਸਾਡੀ ਯਾਤਰਾ ਜ ਬਣਨੀ ਆ ਉਹ ਬਣਨੀ ਆ ਦੋਸਤੋ ਮਤਲਬ ਕਿ 2 ਕਿਲੋਮੀਟਰ ਸਾਡਾ ਕੱਲ੍ਹ ਘੜੀ ਆ 2 ਕਿਲੋਮੀਟਰ ਸਾਡਾ ਪਰਸੋਂ ਘੜੀ ਆ ਚਾਰ ਗੈਸ ਚੱਲਣੇ ਆ ਰੋਜ਼ 30 ਕਿਲੋਮੀਟਰ ਅਤੇ ਅੱਜ ਅਸਾਂ ਚੌਥੀ ਕਰਨਾ ਚੌਥੀ ਭਰਾ ਢਾਬੇ ਉੱਪਰ ਚਾਲੇ ਪੀਣ ਮਹਾਰਾਜ ਹੈਲੋ ਜੈ ਸ਼੍ਰੀ ਰਾਮ ਠੀਕ ਹੋ ਪ੍ਰਭੂ ਤੁਸੀਂ ਮਹਾਂ ਮਹਾਰਾਜ ਅਸੀਂ ਦੁੱਧ ਦੀ ਪੱਤੀ ਪਾਈ ਦਿਓ 2 ਕੱਪ ਫਸਟ ਕਲਾਸ ਸੁੱਕ ਦੀ ਰਿਪੋਰਟ ਅੰਨੇ ਗੱਲ ਹੈ ਕੋਈ ਮਹਾਰਾਜ ਹੈ ਭਾਈ ਇੱਥੇ ਅਸਾਂ ਚਾਹ ਪੀਤੀ ਆ ਆਪਣੇ ਜਿਹੜੇ ਜੰਮੂ ਦੇ ਡਰਾਈਵਰ ਨੇ ਜਿਹੜੇ ਦਿੱਲੀ ਚੱਲਦੇ ਨੇ ਉਹਨੇ ਕੀ ਪਤਾ ਹੋਣਾ ਕਿ ਇੱਥੇ ਇੱਕ ਯਾਦਵ ਕਰੀਏ ਬੰਦਾ ਇੱਕ ਬਿਹਾਰ ਦਾ ਜਿਹਦਾ ਤੀਹ ਸਾਲ ਖੋਖਾ ਉੱਥੇ ਚਾਹ ਪੀਤੀ ਹੀ ਨਹੀਂ ਤਾਂ ਉਹਦੇ ਸਾਹਮਣੇ ਇੱਕ ਬਾਬਾ ਸਿੱਧ ਗੋਰੀਆ ਦਾ ਮੰਦਿਰ ਹਾ ਉੱਥੇ ਅਸ ਗਏ ਨਹਾਤੇ ਆ ਫਰੈਸ਼ ਹੋਈਏ ਨੇ ਤੋਂ ਹੀ ਆਪਣਾ ਔਕੇ ਦੀ ਰਿਪੋਰਟ ਲੰਗਰ ਪਾਣੀ ਖਾਈਏ ਤਾਂ ਜਾਣ ਲਈ ਵੀ ਹੁਣ ਆ ਗਏ ਠੀਕ ਹੈ ਤਾਂ ਬਾਈ ਬੰਦੇ ਆਖਿਆ ਤਾਂ ਇਹ ਕੀ ਪਰਨਾ ਚੇਂਜ ਕਰ ਲਿਓ ਹੈ ਮੈਂ ਤੁਸੀਂ ਕੀ ਸੁਣਾ ਗੱਲ ਇੱਕ ਹੋਰ ਪਰਨਾ ਮੇਰੇ 'ਚ ਪੈਦਾ ਇੱਕ ਹੋਰ ਪਰ ਇਹ ਪਰਨਾ
पर ये भरना मैं तां करने पाता क्योंकि यार धुप्पा इ'यां कम्म आई जंदा ते कन्नै पसीना बगैरा पवै ते उत्त कम्म आई जंदा ते न्हाने कम्म तां बधदा ही ऐ। तो कोई 4 किलोमीटर आई जा सकै ब्रेक मार लेइयै ते जेह्ड़ा टैंपरेचर जेह्ड़ा गर्मी इस बेल्लै पवा दी ओह् पता किन्नी पवा दी ऐ 43 डिग्री ते इ'यां 33 ऐ पर जेह्ड़ा फील असें होआ दा ओह् 43 डिग्री जेह्ड़ा 43 ऐ ओह् रियल ऐ बिल्कुल रियल ते कल हा ओह् 45 हा रियल पसीना असें पवा दा ना इस बेल्लै जेह्ड़ा ओह् सब तो खतरनाक पवा दा ते कपड़े हाले पूरे गिल्ले होआ दे ते जेह्ड़ी हवा आवा दी ओह्दे उप्पर ऐ ओह् बाकी लाजवाब ओह् बाकी हवा घैंट आवा दी इस बेल्लै भ्रा क्योंकि पसीने उप्पर ठंडी हवा से होंदा कि पूरा एसी लग्गा एसी। दिक्खो भ्रा दिक्खो बंदे दिक्खो असी रखे परला पक्खी देसी पक्खी देसी टीन पसंद उप्परे दा एह् महाराज जेह्ड़ी जान छत्तरी च कोई बंदा है नी एह् उप्परा पता कि भगदी जियां टीना पक्खा भगदा उप्परा कोठी कच्ची कोठी ऐ उस स्हाबै दा भगदा उप्परा पूरा छत्तरू। तो भाई अपने बेजान अपने बलोर दे इंदे घर ने बलोर ते अस ही मिली गै फलोर घर इंदे बलोर तो असें मिली गै फलोर आई गए अग्गे लाका पौंदा फलोर ते भैया कुछ है तुंदे घर सूत्र खड्डा है ना ते गुड़े दा पिछे नी आया पुल ओहदे थल्ले है ना ते तां इन्ने सिजदे नीरो पसीना पेदा है ऐसे लभे मैं कल का फोन करा था नहीं मैं थोड़ा तो मिलिए जाना। अच्छा मैं राती निकलिया जम्मू का 1 बजे हूं असि फ्लोर आइए पकड़े ने इतने बैठ दे चुप चाप मस्ती मारा दे अपने जय श्री राम जय श्री राम जय श्री राम बाकी भी यार भेजा देखने इधर महाराज जय श्री राम जय श्री राम भाई कौन घर भाई मेरे घर राम नगर राम नगर की जगह कैथे अच्छा जय श्री राम जय श्री राम ਇਹ ਬੰਦਾ ਜਾ ਹੈ ਵੱਡਾ ਦੇਖ ਲਓ ਕਿੰਨਾ ਵੱਡਾ ਛੇ ਜੇ ਕੀ ਹੈ ਬਾਰ ਕਿੰਨੇ ਫੁੱਟ ਮਾਰਾ 22 ਫੁੱਟ ਹੋਣਾ ਇਹ 32 ਫੁੱਟ 32 4 36 ਫੁੱਟ ਹੈ 4 ਫੁੱਟ ਕਿੰਨਾ ਹੈ 4 ਫੁੱਟ ਕੈਬਨ ਹੈ ਦਾਗੇ ਅੱਛਾ 36 ਫੁੱਟ ਹੈ ਹਾਂ ਠੀਕ ਹੈ ਮਾਰਾ ਸ਼ੁਕਰੀਆ ਸ਼ੁਕਰੀਆ ਮਾਰਾ ਸ਼ੁਕਰੀਆ ਜਾ ਹਾਂਜੀ ਆਇਓ ਤੇ ਜਾ ਰਹੇ ਕਾਂ ਜਾ ਰਹੇ ਆਇਓ ਜੇ ਰਾਮ ਮੰਦਿਰ ਤੋ ਭਾਈ ਸਾਲਾ ਆਸੇ ਕੇ ਹਾਇਆ ਸੈ ਲੱਸੀ ਵੀ ਨਹੀਂ ਕੁਦਾ ਤੇ ਇਸ ਆਪ ਟਾਬੇ ਦਾ ਬੜੇ ਆਏ ਪਰ ਲੱਸੀ ਕੁਦਨ ਹੋਈ ਭਰਾ ਸੇ ਤੇ ਭਰਾ ਲਾ ਬਾਤਾ ਸੇ ਬੀਲ ਵਾਲਾ ਦਾ ਮਾ ਭਰਾ ਕੇ ਬਲੇ ਵਿੱਚ ਦੇ ਹੈ ਬਦਾਮ ਸ਼ੇਖ ਮਾ ਭਲਾਈ ਭਰਾ ਹੀ ਗਿਆ ਬਲਾ ਮਹਾ ਤੇ ਬਦਾਮ ਸ਼ੇਖ ਵੀ ਨੇ ਭਰਾ ਤੇ ਭੀ ਨਹੀਂ ਗੱਲਿਆ ਕਿ ਗਰਮੀ ਬੜੀ ਜ਼ਿਆਦਾ ਪਵਾ ਦੀ ਕੀ ਹਾਲ ਹੈ ਬਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਇਹ ਫਿਰ ਨੇ ਬਦਾ ਬਦਾਮ ਸ਼ੇਖ ਵੀ ਨੇ ਲੱਸੀ ਦਾ ਹੈ ਨਹੀਂ ਭਰਾ ਕੋਦਾ ਵਿਆਹ ਵੀ ਉੱਪਰ ਚਲੋ ਸ਼੍ਰੀ ਰਾਮ ਜੀ ਸ਼ੁਕਰੀਆ ਸਰ ਆਪਕਾ ਥੈਂਕ ਯੂ ਤੇ ਭਾਈ ਇਹ ਗੱਡੀ ਹੀ ਭਰਾ ਦੀ ਮੈਂ ਬਦਾਮ ਸ਼ੇਖ ਆਸੇ ਪੀ ਲਿਆ ਬਾਕੀ ਆ ਭਰਾ ਨਾ ਪੈਸਾ ਲੈ ਰਿਹਾ ਅਰਸ਼ਾ ਬੋਲਦਾ ਕਿ ਰਹਿਣ ਦੇ ਪੈਸੇ ਤੁਸੀਂ ਕੋਈ ਗੱਲ ਨਹੀਂ ਮੈਂ ਭਰਾ ਠੀਕ ਹੈ ਜੈ ਸ਼੍ਰੀ ਰਾਮ ਮਹਾਰਾ ਠੀਕ ਹੋ ਚੱਲੇ ਮਹਾਰਾ ਟਾਈਮ ਮੜਾ ਹੋਈਆ ਭਾਈ ਹਵਾ ਦੇਖੋ ਹਵਾ 10 ਦਿਨ ਦੇ ਬਾਅਦ ਮਿਲੀ ਅਸੀਂ ਹਵਾ ਵੀ ਜੋਰੇ ਦੀ ਠੰਡੀ ਹਵਾ ਮਜ਼ਾ ਆ ਗਿਆ ਪ੍ਰਵਾਹ ਦੇਖੋ ਜੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਧੁੱਪ ਦਾ ਨਾ ਨਿਸ਼ਾਨ ਨਹੀਂ ਹੈ ਤੇ ਦੇਖੋ ਜੀ ਉੱਥੇ ਕੁਦਾ ਵੀ ਬਦਲ ਆ ਗਿਆ ਨਿਗਾ ਨਿਗਾ ਤੇ ਦੇਖੋ ਅਸ ਬਾਹਰ ਚੜ੍ਹਦੇ ਹਾਂ ਤੇ ਉੱਪਰ ਫਲਾਈਓਵਰ ਦੇ ਉੱਪਰ ਫਲਾਈਓਵਰ ਨਹੀਂ ਹੈ ਇੱਕ ਪੁਲ ਬਣਦਾ ਹਾਲ ਹੈ ਪਾਰੇ ਕਰਨ ਵਾਸਤੇ ਤੇ ਬੜੀ ਤਗੜੀ ਆਵਾਜ਼ ਹੈ ਤਗੜੀ ਯਾਰ ਵਾਕਈ ਯਾਰ ਤੋ ਭਾਈ ਇਹ ਬਈਆ ਅਯੋਧਿਆ ਦਾ ਜਾ ਤੇ ਵੈਸ਼ਨੋ ਦੇਵੀ ਤਾਂ ਸਾਇ ਜੰਮੂ ਦਾ ਤੇ ਜਾਣੇ ਅਯੋਧਿਆ ਕੀ ਤੇ ਸਾਡੀ ਤੇ ਮੁਲਾਕਾਤ ਹੋਈ ਹੈ ਮਹਾਰਾਜ ਤੇ ਮਹਾਰਾਜ ਉਹ ਠੀਕ ਹੋ ਤੁਸੀਂ ਜੈ ਯਾਰ ਦੇਖੋ ਸੰਯੋਗ ਦੇਖੋ ਯਾਰ ਇਹ ਵੈਸ਼ਨੋ ਦੇਵੀ ਕੀ ਜਾ ਤੇ ਅਸ ਜਾਣੇ ਅਯੋਧਿਆ ਕੀ ਕਮਾਲ ਹੋ ਗਿਆ ਬਈ ਕਮਾਲ ਹੋ ਗਿਆ तो भाई जम्मू के जिन्हें भी सारे दिखे दे भरा इसी वीडियो की तुसें अगर कुदा भी रस्ते मिलते हैं भ्रा और इनकी जरूर हेल्प करो माने मोटी तो जय श्री राम जय माता दी मंदिर इतना सर रस्ट मारनी हूँ दिख लियो चलो चलने अंदर करना असर लाइव करना फेसबुक उपर कन्या फोन चार्जर करना अपना फोन ठीक है दिख लो बुजै भोलेनाथ चलते हैं इसलिए खिला भी है चप्पा चप्पा भर जाएगा श्री राम के दीवानों से सारा देश गूंज उठेगा जय श्री राम के जयकारों से जय श्री राम। तो वही सामने श्री गोपाल गोदाम इतना एक गौशाला ही बनी इतना सिर्फ अपने आधे घंटे की ब्रेक मारी है हूँ चल हूँ जाने अगे की चलो चलने भाई
इतने अस अद्धे घंटे की ब्रेक तक मारे दोस्तों अज क्योंकि अस जी पता कि अस जी ब्रेक मारने अपने एक दो त्रै बजे दो घंटे की वो अज अस पिछे मार उड़ी है भरा धुप्प इन्नी पवा दी ही नहीं तो अस ब्रेक पिछे मार दी अज तो टाइम वाले पौने चार हो दोस्तों टाइम जी सा यात्रा अज बजती है वो 15 किलोमीटर और बजती है 7 बजे तक ये वह देख लो दोस्तों बनता पुल पिछले फ्लोर रही है 5 किलोमीटर पिछे तो खल्ले बनता दोस्तों सतलुज रिवर ठीक है तुम के दर्शन हो गए ना उस खास तरीके ये नज़ारा नहीं आना बार बार मित्रों कहीं कुछ कुछ आता मौका सतलुज रिवर है ना इधर बच्चे लगता पूरा मेला बड़े लोग ये भरा पार बनता ट्रेन का पुल तो पारने पखे कोई हजार बंदा पारने पखे नहाता हजार बंदा वो पार है मैं हूँ मेरा फोन कमजोर है बाकी नहीं था तुम्हें दसदा मैं जूम करिए पर चलो कोई नहीं वेलकम टू लुधियाना डिस्ट्रिक्ट ठीक हो तो भाई रस्ता सीधा आया अपने खल अपने जलंधर का आया तो घूमी घमी उपर चढ़िया अगे एक फ्लाईओवर एक होर बने का तो सीधा गया दोस्तों फिरोजपुर तो मोगा वगैरह इस साइड पौंदा कुदै राम राम तो भाई अस पारले पाखे जा दे ना अगे अपनी साइड तो अस एक कमेंट आया धर्मपाल हों कि महाराज तुम दूसरी साइड चलो तुम अगुआ तुम गड्डी पर रात लभ आनी है तो अस उस वे अस भला इस साइड हो गए लुधियाना डिस्ट्रिक्ट इधर अस इंटर हुए तो 6 किलोमीटर टोल टप्पी है 6 किलोमीटर अगे अगे आइए इतने बे जाए अपने सरदार भाजी और तो इतने ने लाया अपना भाई एक नवी स्कीम 30 रुपए की प्लेट भाजी सत श्रीकाल वधिया भाजी भाई इतने रेट है 30 रुपए की प्लेट कढ़ी चावल राजमाह चावल जस्ट लाइक एक हफ्ता होने इतने काम करता लोडोवाल टोल के कोलो अगे 6 किलोमीटर आके इन्हों की गड्डी होती भाजी की तुम इतने आओ तुम जो भी आते हो 30 रुपए की प्लेट राजमाह चौल कढ़ी चौल जो भी अपने जम्मू के लोग इधर आते हो लुधियाने आते हो लुधियाने को कोई बड़ा बार 8 किलोमीटर पहले आए फिर टोल है जो अपना टोल जो टप्पी है थोड़ा फ्लोर दाग टोल टप्पी है जरा सतलुज रिवर टप्पी है वो 6 किलोमीटर आगे आई है रेहड़ी है गड्डिया की बाकी चलते हैं भाजी तो भाई 4:40 चले अस तो अपना सफर जरा सला इक्की घंटे का चलाया सफर अपना तो कन्नै असें खाद्धी रोटी बिच ठीक है तो 20 मिंट असें कन्नै रेस्ट मार लिया अपनी तो सारा सफर जरा 5 किलोमीटर पूरा हो गया अस साढ़े 2 घंटे होर बजे फिलहाल तो जरा सड़ा अगला घंटा जो असें 5 करना पूरा तो 5 करना अगले बिच ठीक है बस चलने अस हूँ तुम मिलने अगे तो भाई सामने डोमिनोज जलंधर का तो भाई मज़ा टोर का जो पिछले 5 किलोमीटर हे अस कवर करिए ब्रेक मार ली फिर 2 बारी 5 किलोमीटर अस होर करने इस चैक हो गया पर अस ब्रेक है नहीं मिल रही यार मारने क्योंकि टाइम बड़ा घट है तो भाई अस पकड़ लिया 200 फ्लाईओवर बारो बार बाईपास की तो रस्ता जाए खाला सिटी की ठीक है तो खाला गड्डिया बड़ी शैल आवा दी भरा कोई साइड ऑटो बड़े आवा दे और लैनी तरैने उपर लैनी उपर तरैने का फायदा उपर चलने का है कि ट्रैफिक घट है